ਦੇ ਵਿਹਲਾ ਕਰਕੇ ਫੇਰੇ ਤੇ ਇੱਥੇ ਇਹ ਪਿਆ ਸੀ ਨੰਗਲ ਨੂੰ ਥਾਂ ਮਾਇਆ ਦੇ ਉੱਤੇ ਰੱਖ ਦਿਓ ਇਹਦੇ ਵਿੱਚ ਹੁਣ ਕੀ ਆ ਭਾਅ ਜੀ ਕੀ ਨਾਮ ਹੈ? ਮੇਰਾ ਨਾਮ ਬਸੰਤ ਸਿੰਘ ਹੈ ਜੀ ਅਤੇ ਇਹ ਸਾਡੇ ਭਾਈ ਸਾਹਿਬ ਆ, ਗਰੀਬ ਪਰਿਵਾਰ ਨਾਲ ਇਹ ਸੰਬੰਧਿਤ ਆ ਅਤੇ ਇਹ ਅਸੀਂ ਨਾਲ ਗੁਆਂਢੀ ਸਾਡੇ ਬ੍ਰਦਰ ਦੇ ਮੈਰਿਜ ਸੀਗੀ, ਅਸੀਂ ਉੱਧਰ ਗਏ ਹੋਏ ਸੀਗੇ ਅਤੇ ਜਦੋਂ ਸਾਨੂੰ ਗੁਆਂਢੀਆਂ ਨੇ ਦੱਸਿਆ ਵੀ ਤੁਹਾਡੇ ਜਿਹੜਾ ਘਰੋਂ ਉੱਥੋਂ ਧੂੰਆਂ ਨਿਕਲਦਾ, ਜਦੋਂ ਅਸੀਂ ਭੱਜ ਕੇ ਆਏ। ਅੱਗ ਲੱਗਣ ਦਾ ਕੋਈ ਕਾਰਨ ਦਾ ਪਤਾ ਲੱਗਿਆ? ਅੱਗ ਦਾ ਜੀ ਸਾਨੂੰ ਤਾਂ ਸ਼ੱਕ ਇਹ ਆ ਵੀ ਪੱਖਾ ਜਿਹੜਾ ਉਹ ਸ਼ਾਰਟ ਆ, ਕਿਉਂਕਿ ਜਿਹੜਾ ਪੱਖਾ ਜਿਹੜਾ ਉਹ ਚੱਲਦਾ ਕਿਤੇ ਰਹਿ ਗਿਆ, ਔਰ ਬੱਚਾ ਘਰ ਸੀਗਾ ਉਹ ਕਿਤੇ ਦੁਕਾਨ 'ਤੇ ਚਲਾ ਗਿਆ ਜੀ, ਕੋਈ ਸੌਦਾ ਲੈਣ, ਪੱਖਾ ਉਹਨੇ ਬੰਦ ਨਹੀਂ ਕੀਤਾ ਜੀ। ਕਿੰਨੇ ਕੁ ਦਾ ਨੁਕਸਾਨ ਹੋ ਸਕਦਾ ਹੈ? ਇਹ ਤਾਂ ਜੀ ਹੁਣ ਤੁਹਾਡੇ ਸਾਹਮਣੇ ਆ ਜੀ, ਕਾਫੀ ਨੁਕਸਾਨ ਆ ਹੋਇਆ ਜੀ। ਸਰਕਾਰ ਅਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ? ਸਰਕਾਰ ਤੋਂ ਮੰਗ ਕਰਦੇ ਜੀ, ਇਹ ਦਿਹਾੜੀਦਾਰ ਮਜ਼ਦੂਰ ਆ ਜੀ, ਖੱਡੀ ਦਾ ਕੰਮ ਕਰਦੇ ਆ ਜੀ, ਅਤੇ ਕੋਈ ਹੋਰ ਕਮਾਉਣ ਵਾਲਾ ਨਹੀਂ, ਬੱਚਾ ਇੱਕ ਆ ਜੀ, ਉਹਦਾ ਵੀ ਇਹੋ ਜਿਹਾ ਕੰਮ ਆ ਤੁਹਾਨੂੰ ਪਤਾ ਜੀ। ਅਤੇ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਜੋ ਮਜ਼ਦੂਰ ਦੀ ਜਿਹੜੀ ਮਦਦ ਕੀਤੀ ਜਾਵੇ, ਔਰ ਜਿਹੜਾ ਇਹ ਸਮਾਨ ਆ ਲੀੜਾ ਲੱਤਾ ਸਾਰਾ ਵਿਚਾਰਾ ਸੜ ਗਿਆ, ਉਹਦੇ 'ਤੇ ਕੋਈ ਨਾ ਕੋਈ ਆਪਦਾ ਰੁਜ਼ਗਾਰ ਆਪਦਾ ਕਰਕੇ ਮਾੜਾ ਮੋਟਾ, ਜੇ ਕੋਈ ਸਰਕਾਰ ਮਦਦ ਕਰਦੀ ਆ, ਅਸੀਂ ਤਾਂ ਇਹੀ ਅਰਦਾਸ ਕਰਾਂਗੇ, ਬੇਨਤੀ ਕਰਾਂਗੇ ਸਰਕਾਰ ਮੂਹਰੇ ਕਿ ਜਿਹੜਾ ਇਹਨਾਂ ਦੀ ਕੋਈ ਨਾ ਕੋਈ ਮਦਦ ਕੀਤੀ ਜਾਵੇ, ਤਾਂ ਕਿ ਪਰਿਵਾਰ ਆ ਜਿਹੜਾ ਉਹ ਆਪਦਾ ਜਿਹੜਾ ਆਪਦਾ ਫੇਰ ਪੈਰਾਂ 'ਤੇ ਹੋਈਏ, ਕਿਉਂਕਿ ਸਮਾਨ ਆ ਜਿਹੜਾ ਸਾਰਾ ਹੀ ਸੜ ਗਿਆ ਜੀ। ਭਾਈ ਜੀ ਕੀ ਨਾਮ ਹੈ? ਬੱਕਾ ਸਿੰਘ। ਕਿੱਥੋਂ ਦੇ ਰਹਿਣ ਵਾਲੇ ਆ? ਕੀ ਘਟਨਾ ਵਾਪਰੀ ਹੈ? ਪੱਖਾ ਤੋਂ ਸਪਾਰਕ ਹੋ ਗਈ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਕਾਫੀ ਹੋਇਆ ਜੀ, ਸਾਰੇ ਕਮਰੇ ਦਾ ਨੁਕਸਾਨ ਹੋ ਗਿਆ, ਜਿੰਨਾ ਬੈੱਡ ਜਿਹੜਾ ਕੱਪੜਾ ਪਿਆ ਸਾਰਾ ਨੁਕਸਾਨ।
ਕੋਈ ਨਗਦੀ ਵਗੈਰਾ? ਨਗਦੀ ਵਗੈਰਾ ਸੀ 2-3 ਹਜ਼ਾਰ ਰੁਪਈਆ ਸੀ। ਸਰਕਾਰ ਤੇ ਪ੍ਰਸ਼ਾਸਨ ਤੋਂ ਕੋਈ ਮੰਗ? ਸਰਕਾਰ ਤੋਂ ਜੀ ਮੰਗ ਕਰਦੇ ਹਾਂ ਜੀ, ਜੋ ਵੀ ਮਦਦ ਕੀਤੀ ਜਾਵੇ। ਹਾਂ, ਮਦਦ ਕੀਤੀ ਜਾਵੇ।